ਇਹ ਪਰ ਫਾਈਲ ਦਾ 100 ਰੁਪਿਆ ਕੋਡ ਲਾਉਣ ਦਾ ਦਿੰਦੇ ਸੀ ਲੈਂਦੇ ਸੀ ਤੇ 1000 ਰੁਪਏ ਰਿਸ਼ਵਤ ਦੇ ਮੌਕੇ ਤੇ ਬ੍ਰਿਸ਼ ਅੰਤਲ ਅਕਾਊਂਟੈਂਟ ਹੈਗੇ ਨੇ ਨਾਲ ਇੱਕ ਇੱਕ ਪ੍ਰਾਈਵੇਟ ਬੰਦਾ ਰੱਖਿਆ ਹੋਇਆ ਸੀਗਾ ਰਾਜੂ ਉਰਫ ਰੱਜੀ ਨਾਂ ਦਾ ਵਿਅਕਤੀ ਜਿਹੜਾ ਇਹਦੇ ਪੈਸੇ ਕਲੈਕਟ ਕਰਦਾ ਇਹ ਮਤਲਬ ਕਿ ਸਾਨੂੰ ਹੁਣੇ ਇਨਫੋਰਮੇਸ਼ਨ ਮਿਲੀ ਸੀਗੀ ਉਸ ਵਿਭਾਗ ਤੇ ਇਮੀਡੀਏਟਲੀ ਅਸੀਂ ਐਕਸ਼ਨ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਵੱਡੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਵਿਜੀਲੈਂਸ ਵਿਭਾਗ ਬਠਿੰਡਾ ਦੇ ਵੱਲੋਂ ਟਰਾਂਸਪੋਰਟ ਵਿਭਾਗ ਦੇ ਵਿੱਚ ਤੈਨਾਤ ਅਕਾਊਂਟੈਂਟ ਅਤੇ ਉਸਦੇ ਕਰਿੰਦੇ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿੱਤਾ ਗਿਆ। ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਨੇ ਦੱਸਿਆ ਸੀ ਕਿ ਟਰਾਂਸਪੋਰਟ ਵਿਭਾਗ ਦੇ ਵਿੱਚ ਤੈਨਾਤ ਅਕਾਊਂਟੈਂਟ ਦਿਨੇਸ਼ ਕੁਮਾਰ ਦੇ ਵੱਲੋਂ ਵਾਹਨਾਂ ਦੀ ਕਾਪੀਆਂ ਦੇ ਕੋਡ ਜਾਰੀ ਕਰਨ ਦੇ ਲਈ 100 ਰੁਪਏ ਪ੍ਰਤੀ ਕਾਪੀ ਰਿਸ਼ਵਤ ਲਈ ਜਾ ਰਹੀ ਸੀ ਅਤੇ ਜਦੋਂ ਟਰੈਪ ਲਗਾਇਆ ਗਿਆ ਵਿਜੀਲੈਂਸ ਦੇ ਇੰਸਪੈਕਟਰ ਅਮਨਦੀਪ ਸਿੰਘ ਦੇ ਵੱਲੋਂ ਤਾਂ ਟਰਾਂਸਪੋਰਟ ਵਿਭਾਗ ਦੇ ਦੂਸਰੇ ਮੰਜ਼ਿਲ 'ਤੇ ਸਥਿਤ ਦਫ਼ਤਰ ਦੇ ਵਿੱਚ ਦਿਨੇਸ਼ ਕੁਮਾਰ ਅਤੇ ਉਸਦੇ ਕਰਿੰਦੇ ਰਾਜੂ ਨੂੰ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕਰ ਲਿੱਤਾ ਗਿਆ। ਫਿਲਹਾਲ ਦੋਹੇ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਗੱਲ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਇਹਨਾਂ ਵੱਲੋਂ ਕਿੱਥੋਂ ਕਿੱਥੋਂ ਕਿੰਨੀ ਰਿਸ਼ਵਤ ਲਈ ਜਾ ਰਹੀ ਸੀ ਅਤੇ ਇਸ ਰਿਸ਼ਵਤ ਕਾਂਡ ਦੇ ਵਿੱਚ ਹੋਰ ਕਿਹੜਾ ਕਿਹੜਾ ਸ਼ਾਮਲ ਹੈ। ਕਰਪਸ਼ਨ ਦੇ ਖਿਲਾਫ਼ ਜਿਹੜੀ ਮੁਹਿੰਮ ਚੱਲ ਰਹੀ ਹੈ ਉਸ ਤਹਿਤ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ RTA ਦਫ਼ਤਰ ਜਿਹੜੇ ਹੈਗੇ ਆ ਦਿਨੇਸ਼ ਕੁਮਾਰ ਅੰਤਿਲ ਅਕਾਊਂਟਡ ਹੈਗਾ ਵੀ ਇਹ ਜਿਹੜੇ ਹੈਗੇ ਆ ਨੰਬਰ ਲਾਉਣ ਦੇ ਪੈਸੇ ਲੈਂਦੇ ਹੈਗੇ 100 ਰੁਪਏ ਫਾਈਲ ਦੇ। ਉਸ ਸਾਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਹਰਪ੍ਰੀਤ ਸਿੰਘ ਸਾਡੇ ਕੋਲ ਆਏ ਉਸ 'ਤੇ ਕਾਰਵਾਈ ਕਰਦੇ ਹੋਏ ਜਿਹੜੇ ਹੈਗੇ ਅਸੀਂ ਉਹਨਾਂ ਨੂੰ ਮੌਕੇ 'ਤੇ ਰਿਸ਼ਵਤ ਲੈਂਦੇ ਅਰੈਸਟ ਕੀਤਾ ਹੈਗਾ। ਸਰ ਕਿੰਨੇ ਪੈਸੇ ਜਿਹੜੇ ਹੈਗੇ ਇਹ ਪਰ ਫਾਈਲ ਦਾ 100 ਰੁਪਿਆ ਕੋਡ ਲਾਉਣ ਦਾ ਦਿੰਦੇ ਸੀ ਲੈਂਦੇ ਸੀ ਅਤੇ 1000 ਰੁਪਏ ਰਿਸ਼ਵਤ ਦੇ ਮੌਕੇ 'ਤੇ ਅਰੈਸਟ ਕੀਤਾ। ਦੋ ਲੋਕ ਅਰੈਸਟ ਕੀਤੇ ਜੀ ਇਹ ਐਕਚੁਲੀ ਜਿਹੜੇ ਹੈਗੇ ਆ ਦਿਨੇਸ਼ ਅੰਤਲ ਅਕਾਊਂਟੈਂਟ ਹੈਗੇ ਨੇ ਨਾਲ ਇੱਕ ਇੱਕ ਪ੍ਰਾਈਵੇਟ ਬੰਦਾ ਰੱਖਿਆ ਹੋਇਆ ਸੀਗਾ ਰਾਜੂ ਉਰਫ ਰੱਜੀ ਨਾਂ ਦਾ ਵਿਅਕਤੀ ਜਿਹੜਾ ਇਹਦੇ ਪੈਸੇ ਕਲੈਕਟ ਕਰਦਾ ਸੀ ਉਹਦੇ ਨਾਲ ਹੀ ਬੈਠਦਾ ਸੀ ਉਹ ਵੀ ਮੌਕੇ 'ਤੇ ਅਰੈਸਟ ਕੀਤਾ ਹੈ। ਬਠਿੰਡਾ ਤੋਂ ਵਿਨਾਸ਼ ਮੌਰ ਦੇ ਨਾਲ ਚੜ੍ਹਦੀ ਕਲਾ ਟਾਈਮ ਟੀਵੀ ਬਿਊਰੋ ਰਿਪੋਰਟ।